स्वागत है जी तुहाडा अपने चैनल जपजी लेबल बुटीक ते। होर सारे ठीक ठाक हो जी? थैंक यू जी साडी कलेक्शन नूं बहुत ज्यादा प्यार देण लई। तुहाडे उसे प्यार दे हौसले नाल अज तुहाडे लई कुछ मैं नवां लैके आई हां जी। अज मैं तुहाडे लई कुछ समर दे सूट लैके आई हां। तुसीं देख सकदे हो जिहड़ा पहला सूट अजकल जिहड़ा ट्रेंड च जी, चैक चैक दे उपर जिहड़ा रेडी कीता गया जिहड़ा इह सूट है, इह मशीनी वर्क है जी। ਇਹਦੇ ਵਿੱਚ ਪੈਚ ਲਗਾਏ ਗਏ ਨੇ ਤੇ ਉਹਦੇ ਨਾਲ ਹੀ ਜਿਹੜਾ ਮਸ਼ੀਨ ਵਰਕ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਫਰੰਟ ਦੇ ਉੱਪਰ ਥੋੜਾ ਹੈਵੀ ਡਿਜ਼ਾਈਨ ਬਣਾਇਆ ਗਿਆ। ਇਹਦੇ ਵਿੱਚ ਜਿਹੜੀਆਂ ਪੱਤੀਆਂ ਨੇ ਜੀ ਤੁਸੀਂ ਦੇਖ ਰਹੇ ਹੋ ਲਾਈਟ ਡਾਰਕ ਗ੍ਰੀਨ ਸ਼ੇਡ ਹੈ ਜਿਹੜਾ, ਇਹ ਸਾਰਾ ਮਸ਼ੀਨ ਦੇ ਨਾਲ ਰੈਡੀ ਕੀਤਾ ਗਿਆ ਤੇ ਉਹਦੇ ਨਾਲ ਹਲਕਾ ਇੱਕ ਆਰੀ ਦਾ ਵੀ ਥੋੜਾ ਜਿਹੜੀ ਆਊਟਲਾਈਨ ਦਿੱਤੀ ਗਈ ਹੈ ਉਹ ਆਰੀ ਨਾਲ ਦਿੱਤੀ ਗਈ ਆ। ਤੇ ਜਿਹੜੇ ਤੁਸੀਂ ਆ ਫਲਾਰ ਦੇਖ ਸਕਦੇ ਹੋ ਜੀ, ਇਹ ਜਿਹੜੇ ਪੈਚ ਲਗਾਏ ਗਏ ਨੇ ਜੀ, ਪੈਚ ਦੇ ਉੱਪਰ ਵਰਕ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਲੱਗ ਰਿਹਾ ਹੈ। ਇਹਨੂੰ ਘੇਰੇ ਦੇ ਉੱਪਰ ਦੋਨੇ ਸਾਈਡਾਂ ਤੇ ਜਿਹੜੇ ਹੈਵੀ ਫਲਾਰ ਆ ਗਏ ਜੀ, ਉਸ ਦੇ ਉੱਪਰ ਛੋਟੇ ਛੋਟੇ ਜਿਹੜੇ ਬੂਟੇ ਪੂਰੇ ਉੱਪਰ ਤੱਕ ਜਿਹੜੇ ਪਾਏ ਗਏ ਨੇ। ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਬੜਾ ਪਿਆਰਾ ਕਲਰ ਆ ਤੇ ਜਿਹੜਾ ਇਹਦਾ ਵਰਕ ਆ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਜੀ ਇਹਦੇ ਤੇ। ਇਹਦੀ ਬਾਜ਼ੂ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ, ਆ ਦੇਖੋ ਜੀ ਸਲੀਵਸ ਦੇ ਉੱਪਰ ਬਹੁਤ ਸੋਹਣਾ ਇੱਕ ਬੂਟਾ ਬਣਾਇਆ ਗਿਆ। ਇਹਦੇ ਉੱਪਰ ਵੀ ਪੈਚ ਨਾਲ ਜਿਹੜੇ ਆ ਫਲਾਰ ਬਣਾਏ ਗਏ ਨੇ ਤੇ ਤੁਸੀਂ ਇਹਨੂੰ ਹੈਵੀ ਬਣਾਉਣਾ ਚਾਹੁੰਦੇ ਹੋ ਤਾਂ ਜਿਹੜੇ ਆ ਛੋਟੇ ਫਲਾਰ ਨੇ ਆਪਾਂ ਪੂਰੀ ਬਾਜ਼ ਦੇ ਉੱਪਰ ਲੈ ਕੇ ਆ ਸਕਦੇ ਹਾਂ। ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਲੱਗ ਰਿਹਾ ਇਹ ਸੂਟ। ਇਹਦੇ ਨਾਲ ਜਿਹੜਾ ਦੁਪੱਟਾ ਜੀ, ਦੁਪੱਟਾ ਬੇਸ ਨਾਲ ਦਾ ਰੈਡੀ ਹੋਊਗਾ, ਉਹ ਤੁਹਾਡੀ ਆਪਣੀ ਚੁਆਇਸ ਤੇ ਆ। ਤੁਸੀਂ ਕਿਵੇਂ ਦਾ ਦੁਪੱਟਾ ਚਾਹੁੰਦੇ ਹੋ, ਕੋਟਾ ਡੋਰੀਏ ਦਾ ਚਾਹੁੰਦੇ ਹੋ, ਸੁਪਰ ਨੈਟ ਦਾ ਚਾਹੁੰਦੇ ਹੋ, ਮਸਲੀਨ ਦਾ ਦੁਪੱਟਾ ਚਾਹੁੰਦੇ ਆ, ਜਿਸ ਤਰ੍ਹਾਂ ਦਾ ਵੀ ਤੁਸੀਂ ਕਹੋਗੇ ਉਸੇ ਤਰ੍ਹਾਂ ਦਾ ਰੈਡੀ ਹੋ ਜਾਊਗਾ। ਇਹਦੇ ਨਾਲ ਜਿਹੜਾ ਬੇਸ ਨਾਲ ਦਾ ਦੁਪੱਟਾ ਲੈ ਕੇ ਜੀ, ਤੁਸੀਂ ਦੇਖ ਸਕਦੇ ਇਹਦੇ ਵਿੱਚ ਜਿਹੜਾ ਗ੍ਰੀਨ ਸ਼ੇਡ ਹੈ ਇਹ ਜ਼ਿਆਦਾ ਹਾਈਲਾਈਟ ਕੀਤਾ ਗਿਆ। ਇਸ ਸ਼ੇਡ ਦੀ ਅਸੀਂ ਲੇਸ ਵੀ ਲਗਾ ਸਕਦੇ ਹਾਂ ਜਾਂ ਫਿਰ ਇਹਨੂੰ ਆਪਾਂ ਟਾਈ ਡਾਈ ਕਰਵਾ ਸਕਦੇ ਹਾਂ। ਤੁਸੀਂ ਵੀ ਕੋਈ ਐਵੇਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ 9496308617 ਤੇ ਸਾਡੇ ਨਾਲ ਵਟਸਐਪ ਕਾਲ ਕਰ ਸਕਦੇ ਹੋ ਜੀ, ਵਾਇਸ ਮੈਸੇਜ ਕਰ ਸਕਦੇ ਹੋ। ਤੁਸੀਂ ਕਿਸੇ ਤਰ੍ਹਾਂ ਦੀ ਸਟਿਚਿੰਗ ਲਈ ਵੀ ਸਾਡੇ ਨਾਲ ਕੀ ਸੰਪਰਕ ਕਰ ਸਕਦੇ ਹੋ ਜੀ। ਹਾਂਜੀ, ਜਿਹੜਾ ਨੈਕਸਟ ਸੂਟ ਹੈ ਜੀ, ਇਹ ਜਿਹੜਾ ਸੂਟ ਹੈ ਜੀ, ਇਹ ਪੇਂਟ ਵਾਲਾ ਸੂਟ ਆ। ਤੁਸੀਂ ਦੇਖ ਸਕਦੇ ਹੋ, ਸਭ ਤੋਂ ਪਹਿਲਾਂ ਆਪਾਂ ਇਹਦੇ ਬੇਸ ਦੀ ਗੱਲ ਕਰਦੇ ਹਾਂ ਜੀ। ਜਿਹੜਾ ਇਹਦਾ ਬੇਸ ਹੈ ਜੀ ਉਹ ਪਿਓਰ ਕੋਟਨ ਆ, ਬਿਲਕੁਲ ਸੌਫਟ ਸਟੱਫ ਹੈ ਜੀ। ਤੁਸੀਂ ਬੈਕ ਤੋਂ ਦੇਖ ਸਕਦੇ ਹੋ ਇਹਦੇ ਵਿੱਚ ਹਲਕੀ ਜਿਹੀ ਇੱਕ ਜਿਹੜੀ ਬੂਟੀ ਤੁਹਾਨੂੰ ਦਿਖਾਈ ਦੇ ਰਹੀ ਆ, ਇਹਦੇ ਵਿੱਚ ਡਿਜ਼ਾਈਨਿੰਗ ਹੈ ਜੀ, ਸੈਲਫ ਡਿਜ਼ਾਈਨਿੰਗ ਹੈ ਇਸ ਸਟੱਫ ਦੇ ਵਿੱਚ। ਤੇ ਹੁਣ ਆਪਾਂ ਇਹਦੇ ਕਰ ਲੈਂਦੇ ਹਾਂ ਜੀ, ਜਿਹੜਾ ਆਪਾਂ ਡਿਜ਼ਾਈਨਿੰਗ ਉੱਪਰ ਰੈਡੀ ਕਰਵਾਇਆ ਪੇਂਟਿੰਗ ਨਾਲ। ਪੇਂਟਿੰਗ ਇਹਦੀ ਬਹੁਤ ਪਿਆਰੀ ਕੀਤੀ ਗਈ ਆ, ਤੁਸੀਂ ਦੇਖ ਸਕਦੇ ਹੋ। ਫਰੰਟ ਦੇ ਉੱਪਰ ਜਿਹੜੇ ਪੂਰਾ ਅਸੀਂ ਕਹਿ ਸਕਦੇ ਹਾਂ ਚੌਕਾਂ ਤੱਕ, ਹਿੱਪ ਤੱਕ ਜਿਹੜੇ ਇਹਨੂੰ ਹੈਵੀ ਬਣਾਇਆ ਗਿਆ, ਤੁਸੀਂ ਦੇਖ ਸਕਦੇ ਹੋ ਪੱਤੀਆਂ ਦੇ ਨਾਲ ਛੋਟੇ ਛੋਟੇ ਬੜੇ ਸੋਹਣੇ ਫਲਾਰ ਬਣਾਏ ਗਏ ਨੇ। ਤੇ ਉਸ ਤੋਂ ਇਲਾਵਾ ਪੂਰੀ ਸ਼ਰਟ ਨੂੰ ਹੈਵੀ ਬਣਾਉਣ ਦੇ ਲਈ ਉੱਪਰ ਤੱਕ ਜਿਹੜੇ ਹੋਰ ਛੋਟੇ ਫਲਾਰ ਜਿਹੜੇ ਉੱਪਰ ਰੈਡੀ ਕੀਤੇ ਗਏ ਨੇ। ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਲੱਗ ਰਿਹਾ ਹੈ। ਤੇ ਇਹਦੀਆਂ ਜਿਹੜੀਆਂ ਸਲੀਵਸ ਨੇ ਜੀ, ਉਹਦੇ ਉੱਪਰ ਵੀ ਜਿਹੜੇ ਹਲਕੇ ਜਿਹੜੇ ਬੂਟੇ ਬਣਾਏ ਗਏ ਨੇ, ਆ ਦੇਖ ਸਕਦੇ ਹੋ ਤੁਸੀਂ। ਤੁਸੀਂ ਇਸ ਨੂੰ ਹੈਵੀ ਬਣਾਉਣਾ ਚਾਹੁੰਦੇ ਹੋ ਤਾਂ ਆਪਾਂ ਜਿਹੜੇ ਇਹ ਵਾਲੇ ਬੂਟੇ ਆ ਜਿਹੜੇ ਆਪਾਂ ਸ਼ਰਟ ਨੂੰ ਹੈਵੀ ਬਣਾਉਣ ਲਈ ਉੱਪਰ ਤੱਕ ਲੈ ਕੇ ਗਏ ਆ, ਉਹ ਆਪਾਂ ਪੂਰੀ ਬਾਜ਼ੂ ਦੇ ਉੱਪਰ ਕੀ ਆ ਰੈਡੀ ਕਰਵਾ ਸਕਦੇ ਹਾਂ ਜੀ। ਇਹਦੇ ਨਾਲ ਜਿਹੜਾ ਦੁਪੱਟਾ ਜੀ, ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਇਹਦੇ ਨਾਲ। ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਕੀਤਾ ਗਿਆ ਇਹ ਕੋਟਾ ਡੋਰੀਆ ਦਾ ਦੁਪੱਟਾ ਜੀ, ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਸੂਟ ਦਾ ਸਟੱਫ ਸੀ ਜੀ, ਉਸੇ ਤਰ੍ਹਾਂ ਜਿਹੜਾ ਦੁਪੱਟੇ ਦਾ ਸਟੱਫ ਆ ਕੋਟਾ ਡੋਰੀਆ ਦਾ ਬਹੁਤ ਸੌਫਟ ਆ। ਇਹਨੂੰ ਬਹੁਤ ਸੋਹਣਾ ਜਿਹੜਾ ਰੈਡੀ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ ਜਿਹੜੇ ਚਾਰੇ ਕੋਰਨਰ ਨੇ ਜੀ, ਤੁਸੀਂ ਦੇਖ ਸਕਦੇ ਹੋ ਇਹਦੇ ਚਾਰੇ ਕੋਰਨਰ ਦੇ ਉੱਪਰ ਇਸ ਤਰ੍ਹਾਂ ਜਿਹੜੇ ਫਲਾਰ ਨੇ ਉਹ ਬਣਾਏ ਗਏ ਨੇ। ਤੁਸੀਂ ਦੇਖ ਸਕਦੇ ਹੋ ਚਾਰੇ ਕੋਨਿਆਂ ਦੇ ਉੱਪਰ, ਚਾਰੇ ਕੋਰਨਰ ਦੇ ਉੱਪਰ ਇਸ ਤਰ੍ਹਾਂ ਫਲਾਰ ਬਣਾਏ ਗਏ ਨੇ। ਤੇ ਪੂਰੇ ਦੁਪੱਟੇ ਦੇ ਵਿੱਚ ਤੁਸੀਂ ਦੇਖੋ, ਪੂਰੇ ਦੁਪੱਟੇ ਦੇ ਵਿੱਚ ਛੋਟੇ ਛੋਟੇ ਫਲਾਰ ਪਾ ਕੇ ਇਹਨੂੰ ਕੀ ਆ ਪੂਰਾ ਹੈਵੀ ਬਣਾਇਆ ਗਿਆ, ਤੁਸੀਂ ਦੇਖ ਸਕਦੇ ਹੋ। ਇਹਦੀ ਫਿਨਿਸ਼ਿੰਗ ਰਹਿੰਦੀ ਹੈ ਜੀ, ਲੇਸਾਂ ਵਗੈਰਾ ਲੱਗਣੀਆਂ ਰਹਿੰਦੀਆਂ ਹਲੇ ਦੁਪੱਟੇ ਤੇ। ਫਿਨਿਸ਼ਿੰਗ ਤੋਂ ਬਾਅਦ ਇਹ ਹੋਰ ਵੀ ਬਹੁਤ ਪਿਆਰਾ ਲੱਗੂਗਾ। ਇਹਦੇ ਉੱਪਰ ਜਿਹੜੀ ਲੇਸ ਲੱਗਣੀ ਬਾਕੀ ਹੈ ਜੀ, ਉਹ ਜਿਹੜਾ ਆਪਾਂ ਪਿੰਕ ਸ਼ੇਡ ਦੇਖ ਰਹੇ ਹਾਂ, ਤੁਸੀਂ ਪੂਰੇ ਸੂਟ ਦੇ ਵਿੱਚ ਦੁਪੱਟੇ ਦੇ ਵਿੱਚ ਜ਼ਿਆਦਾ ਹਾਈਲਾਈਟ ਕੀਤਾ ਗਿਆ, ਉਹਦੇ ਨਾਲ ਵੀ ਜਿਹੜੀ ਇਹਦੇ 'ਤੇ ਲੇਸ ਲੱਗੂਗੀ ਜੀ, ਜਿਹਦੇ ਨਾਲ ਇਹ ਸੂਟ ਹੋਰ ਵੀ ਪਿਆਰਾ ਲੱਗੂਗਾ।
ਤੁਸੀਂ ਵੀ ਕੋਈ ਸੂਟ ਪੇਂਟ ਕਰਾਉਣਾ ਚਾਹੁੰਦੇ ਹੋ ਜੀ, ਵਰਕ ਕਰਾਉਣਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦਾ ਵੀ ਵਰਕ, ਮਸ਼ੀਨੀ ਹੈਂਡ ਵਰਕ, ਕਿਸੇ ਤਰ੍ਹਾਂ ਦਾ ਵੀ ਕੋਈ ਆਰੀ ਵਰਕ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ 9496386817। ਵਾਇਸ ਕਾਲ ਕਰ ਸਕਦੇ ਹੋ ਜੀ, ਸਾਨੂੰ ਮੈਸੇਜ ਕਰ ਸਕਦੇ ਹੋ, ਤੇ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਾਉਣਾ ਚਾਹੁੰਦੇ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। ਹਾਂਜੀ, ਇੱਕ ਸਾਡੇ ਕੋਲ ਬੜੇ ਕਸਟਮਰ ਦੇ ਮੈਸੇਜ ਆਉਂਦੇ ਨੇ ਜੀ, ਤੁਸੀਂ ਸੂਟਾਂ ਦੀ ਪ੍ਰਾਈਜ਼ ਦੱਸਿਆ ਕਰੋ। ਅਸੀਂ ਸੂਟਾਂ ਦੀ ਪ੍ਰਾਈਜ਼ ਇਸ ਕਰਕੇ ਮੈਂਸ਼ਨ ਨਹੀਂ ਕਰਦੇ ਜੀ, ਕਿਉਂਕਿ ਕਈ ਵਾਰ ਇਹ ਹੁੰਦਾ ਇਸ 'ਤੇ ਜਿਹੜਾ ਸਟਾਫ ਆ ਉਹ ਨਹੀਂ ਮਿਲਦਾ, ਕੋਈ ਤੁਸੀਂ ਲਾਈਕ ਕੋਈ ਹੋਰ ਸਟਾਫ ਕਰਦੇ ਹੋ, ਅਸੀਂ ਕਿਸੇ 'ਤੇ ਹੋਰ ਰੈਡੀ ਕੀਤਾ ਹੋਵੇ, ਉਹਦੇ ਨਾਲ ਕੀ ਹੈ ਜੀ ਪ੍ਰਾਈਜ਼ ਦਾ ਫਰਕ ਪੈ ਜਾਂਦਾ। ਤੁਸੀਂ ਅਗਰ ਸਾਨੂੰ ਕੁਛ ਪੁੱਛਣਾ ਹੈ ਨਾ, ਸਾਡੇ ਨਾਲ ਕੋਈ ਇਹਦੇ ਬਾਰੇ ਗੱਲ ਕਰਨੀ ਹੁੰਦੀ ਆ, ਤਾਂ ਪਲੀਜ਼ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਇਸ ਕਰਕੇ ਅਸੀਂ ਮੈਂਸ਼ਨ ਨਹੀਂ ਕਰਦੇ ਜੀ ਕਿਸੇ ਵੀ ਸੂਟ ਦਾ ਪ੍ਰਾਈਜ਼। ਤੁਸੀਂ ਵਟਸਐਪ ਕਰ ਸਕਦੇ ਹੋ ਸਾਨੂੰ, ਉਹਦੇ 'ਤੇ ਪਿਕ ਸੈਂਡ ਕਰ ਸਕਦੇ ਹੋ, ਉਹਦੇ ਨਾਲ ਦਾ ਪੁੱਛ ਸਕਦੇ ਹੋ ਸਾਡੇ 'ਤੇ, ਫਿਰ ਅਸੀਂ ਤੁਹਾਨੂੰ ਉਹਦਾ ਪ੍ਰਾਈਜ਼ ਦੱਸਦਾ ਕਰਾਂਗੇ ਜੀ। ਤਾਂ ਸਟਾਫ ਬਾਰੇ ਵੀ ਪਤਾ ਲੱਗ ਜਾਂਦਾ, ਕਈ ਵਾਰ ਸਟਾਫ ਚੇਂਜ ਹੋ ਜਾਂਦਾ ਫਿਰ ਥੋੜ੍ਹਾ ਜਿਹਾ ਪ੍ਰਾਈਜ਼ ਉੱਚਾ ਨੀਚਾ ਹੋ ਜਾਂਦਾ, ਫਿਰ ਥੋੜ੍ਹਾ ਗਲਤ ਹੋ ਜਾਂਦਾ ਜੀ, ਇਸ ਕਰਕੇ ਅਸੀਂ ਨਾਲ ਦੀ ਨਾਲ ਇਹਦਾ ਪ੍ਰਾਈਜ਼ ਨਹੀਂ ਦੱਸ ਸਕਦੇ। ਹਾਂਜੀ, ਤੁਸੀਂ ਦੇਖ ਸਕਦੇ ਹੋ ਜੀ ਕਲਰ ਕੰਟਰਾਸਟ, ਇਹਦਾ ਤੁਸੀਂ ਪੇਂਟਿੰਗ ਦੇਖ ਸਕਦੇ ਹੋ ਕਿੰਨੀ ਨੀਟ ਐਂਡ ਕਲੀਨ ਹੈ, ਇਹਦਾ ਤੁਸੀਂ ਵਰਕ ਦੇਖ ਸਕਦੇ ਹੋ ਜੀ। ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਤੁਹਾਨੂੰ ਸਾਡੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ। ਪਲੀਜ਼ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਲਾਈਕ ਕਰੋ, ਸ਼ੇਅਰ ਕਰੋ ਅਤੇ ਬੈੱਲ ਆਈਕਨ ਦਾ ਬਟਨ ਦਬਾਓ, ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਨਵੀਆਂ ਜਿਹੜੀਆਂ ਕਲੈਕਸ਼ਨ ਆ ਉਹਨਾਂ ਨੂੰ ਦੇਖ ਸਕੋ ਜੀ। ਥੈਂਕ ਯੂ।